ਜੀ ਅਸਲਾਮ ਵਾਲੇਕੁਮ ਗਾਇਸ, ਕੀ ਹਾਲ ਚਾਲ ਹੈ? ਸਭ ਠੀਕ ਠਾਕ ਹੋ? ਆਵਾਜ਼ ਬੰਦ ਕਰੀ ਯਾਰ। ਅਸਲਾਮ ਵਾਲੇਕੁਮ ਭੈਣੋ ਤੇ ਭਰਾਓ, ਠੀਕ ਠਾਕ ਹੋ? ਭਾਈ ਬੜੀ ਉਰਦੂ ਬੋਲੀ, ਹੁਣ ਨੀ ਮੇਰੇ ਕੋਲ ਬੋਲੀ ਜਾਂਦੀ, ਸਿੱਧੀ ਗੱਲ ਆ ਭਾਈ। ਅੱਜ ਪੰਜਾਬੀ, ਅੱਜ ਪੰਜਾਬੀ ਬੋਲਣ ਨੂੰ ਦਿਲ ਕਰ ਰਿਹਾ, ਸਿੱਧੀ ਗੱਲ ਹੈ। ਤੇ ਅੱਜ ਪੰਜਾਬੀ ਜੀ ਵਲੋਗ ਆਏਗਾ, ਸੁਣਨਾ ਤੇ ਸੁਣੋ, ਨਹੀਂ ਸੁਣਨਾ ਤੇ ਜਾਓ, ਕੋਈ ਮਸਲਾ ਨੀ, ਠੀਕ ਹੈ? ਕੱਲ ਇਸ ਤਰ੍ਹਾਂ ਕਿ ਬੜੀ ਦੇਰ ਹੋ ਗਈ ਸੀ, ਆਪਾਂ ਨਿਜ਼ਾਮ ਪਾਣੀ ਨਹੀਂ ਸੀ ਕੀਤਾ, ਤੇ ਨਾ ਅਸੀਂ ਹੋਟਲ 'ਚ ਜਾ ਰਹੇ ਹਾਂ, ਨਾ ਕੋਈ ਬਰਗਰ ਚੱਲ ਰਿਹਾ, ਨਾ ਕੋਈ ਪੀਜ਼ਾ ਚੱਲ ਰਿਹਾ। ਉਹ ਠਹਿਰ ਜਿਹਾ ਸਾਹ ਲੈ ਛੁਰੀ ਥੱਲੇ, ਤੇ ਜਨਾਬ ਨਾ ਰੋਟੀ ਨਾ ਪਾਣੀ, ਗੱਲ ਨਾ ਬਾਤ। ਮੈਂ ਕਿਹਾ ਚਲੋ, ਮੇਰੀ ਤਾਂ ਰੋਟੀ ਪਾਣੀ ਬਾਤ ਚੱਲਦੀ ਰਹਿੰਦੀ, ਅੱਜ ਮੈਂ ਵੀ ਖਿਦਮਤ ਦਾ ਮੌਕਾ ਦੇਵਾਂ, ਅਤੇ ਮੈਂ ਸਪੈਸ਼ਲ ਦਾਵਤ ਦਿੱਤੀ ਹਫ਼ ਸਾਹਿਬ ਨੂੰ ਅਤੇ ਆਪਣੇ ਭੂਆਨ ਹੋਰਾਂ ਨੂੰ। ਮੈਂ ਕਿਹਾ ਜੀ ਖਾਣਾ ਛਾਣਾ ਹੋ ਜੇ, ਅਤੇ ਭੂਆਨ ਹੋਰੀ ਜਿਹੜੇ ਨੇ ਨਾ ਇਹ ਲੈ ਕੇ ਆਉਂਦੇ ਨੇ, ਅਤੇ ਮੈਨੂੰ ਇਹ ਜ਼ਰਾ ਨਹੀਂ ਪਸੰਦ ਹੈਗੀ, ਪਰ ਖੈਰ ਹੁਣ ਕੋਈ ਨਹੀਂ, ਲੈ ਆਇਆ ਤਾਂ ਠੀਕ ਹੈ। ਅਤੇ ਜਨਾਬ ਘੁਮਾਉਂਦੇ ਹਾਂ ਕੈਮਰਾ ਉੱਧਰ, ਅਤੇ ਅਸਲਾਮ ਵਾਲੇਕੁਮ ਲੈਂਦੇ ਹਾਂ। ਹਫ਼ ਦਾ ਮੂੰਹ ਉੱਤੇ ਰੱਖਣਾ, ਜਿਹੜਾ ਤੁਸੀਂ ਅਚਾਨਕ ਇੰਝ ਕਰਦੇ ਹੋ ਨਾ, ਇਹ ਨਹੀਂ ਮੈਨੂੰ ਸਹੀ ਪਸੰਦ ਹੈਗਾ। ਅਤੇ ਅਸਲਾਮ ਵਾਲੇਕੁਮ, ਹਾਂਜੀ। ਅਤੇ ਜਨਾਬ ਰੱਖੋ ਮਾਇਨ ਅੱਗੇ, ਉਹ ਜਲਦੀ 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 ਐ ਬਾਅਦ ਚ ਬਣਾ, ਉਹ ਵਲੋਗ ਦਾ ਉਹ ਤੇ ਦੇਣੇ ਹੀ ਦੇਣੇ ਨੇ ਇਹਨਾਂ ਨੂੰ। ਤੇ ਐ ਵੀ ਰੱਖੋ ਭਾਈ, ਐ ਵੀ ਰੱਖੋ, ਸੁੱਟਦੇ ਸੁੱਟਦੇ ਲੰਮੇ ਪਾ ਦੇ ਇਹਨੂੰ। ਤੇ ਜਨਾਬ ਹਾਫਿਜ਼ ਸਾਹਿਬ ਜਿਹੜੇ ਨਾ ਉਹ ਤਿਆਰ ਕਰ ਰਹੇ ਨੇ ਵਲੋਗ, ਤੇ ਉਹ ਫੈਮਿਲੀ ਵਲੋਗ ਤੇ ਨਹੀਂ ਹੋ ਸਕਦਾ। ਜੇ ਕਿਸੇ ਨੇ ਵੇਖਣਾ ਤੇ ਵੇਖ ਲਵੇ, ਜੇ ਨਹੀਂ ਦੇਖਣਾ ਤੇ ਉਹ ਤੁਹਾਡੀ ਮਰਜ਼ੀ ਹੈ, ਜੇ ਸੁਣ ਸਕਦੇ ਹੋ। ਤੇ ਵੈਸੇ ਤੇ ਅਸੀਂ ਟੂੰ ਟੂੰ ਲਾ ਛੱਡੀ ਵਿੱਚ ਬਹੁਤ ਜ਼ਿਆਦਾ, ਕਿਉਂਕਿ ਅਸੀਂ ਫੁੱਲੀ ਖੁੱਲੇ ਡੁੱਲੇ ਹੋ ਕੇ ਐਤਕੀ ਜਿਹੜਾ ਨਾ, ਅਤੇ ਡਰਾਈਵਿੰਗ ਦੇ ਦੌਰਾਨ ਭਾਈ ਵੈਸ਼ੀ ਹੋਏ ਸਨ ਬਹੁਤ ਜ਼ਿਆਦਾ, ਅਤੇ ਹਫ਼ ਸਾਹਿਬ ਵੀ ਵੈਸ਼ੀ ਹੋਏ ਸਨ, ਅਤੇ ਭੂਆ ਸਾਡਾ ਵੈਸੇ ਹੀ ਵੈਸ਼ੀ ਹੈ। ਅਤੇ ਗੱਲ ਇਹ ਵੇ ਕਿ ਭਾਈ ਅਸੀਂ ਉਹਦੇ ਵਿੱਚ ਭਾਈ ਮਤਲਬ ਉਹੋ ਜਿਹੀ ਡਿਸਕਸ਼ਨ ਐਂਡ ਗੁਫ਼ਤਗੂ ਬਹੁਤ ਜ਼ਿਆਦਾ ਉਹੋ ਜਿਹੀ ਕੀਤੀ ਹੋਈ ਹੈ, ਅਤੇ ਜਿਹਦੇ ਵਿੱਚ ਸਾਨੂੰ ਵਾਰ ਵਾਰ ਉਹ ਸੈਂਸਰ ਲਾਉਣਾ ਪਿਆ, ਠੀਕ ਹੈ? ਉਹ ਵੀ ਤੁਹਾਡੀ ਇੱਜ਼ਤ ਦੀ ਵਜ੍ਹਾ ਨਾਲ, ਨਹੀਂ ਤਾਂ ਅਸੀਂ ਖੁੱਲ੍ਹਾ ਛੱਡ ਦਈਏ ਤਾਂ ਉਹ ਵੀ ਫਿਰ ਮਾਮਲਾ ਨਹੀਂ ਨਾ ਠੀਕ ਹੈ। ਲੇਕਿਨ ਖੁੱਲ੍ਹਾ ਛੱਡ ਵੀ ਸਕਦੇ ਹਾਂ, ਲੇਕਿਨ ਨਹੀਂ ਛੱਡਿਆ ਸੀ, ਅਸੀਂ ਸੈਂਸਰ ਲਾਤਾ ਕਿ ਯਾਰ ਚਲੋ ਜਾਣ ਦਿਓ। ਲੇਕਿਨ ਹਫ਼ ਸਾਹਿਬ ਨੇ ਬੜੀ ਮਿਹਨਤ ਕੀਤੀ, ਲੇਕਿਨ ਉਹਨਾਂ ਦੀ ਮਿਹਨਤ ਜਿਹੜੀ ਉਹ ਕੰਮ ਨਹੀਂ ਆਈ, ਕਿਉਂਕਿ ਸ਼ਰਮਿੰਦਾ ਹੋ ਗਿਆ। ਅਤੇ ਗੱਲ ਇਹ ਵੀ ਕਮਾ ਲੈਣੇ ਕੈਮਰਾ, ਤੈਨੂੰ ਇੰਨੀ ਵਾਰੀ ਕਿਹਾ ਛੁਰੀ ਥੱਲੇ ਸਾਹ ਲੈ ਤੂੰ, ਬਾਕੀ ਪਵਾਣੇ। ਅਤੇ ਜਨਾਬ ਉਹ ਨਾ ਵਲੋਗ ਇਨਸ਼ਾਅੱਲਾ ਅਸੀਂ ਤੁਹਾਨੂੰ ਇੰਟਰਟੇਨ ਕਰਾਂਗੇ। ਇੱਕ ਤਾਂ ਸਾਡਾ ਕ੍ਰਿਕਟ ਵਾਲਾ ਵਲੋਗ ਆ ਗਿਆ, ਉਹ ਤਾਂ ਤੁਸੀਂ ਦੇਖ ਲਿਆ ਹੋਣਾ, ਕਈਆਂ ਨੇ ਨਹੀਂ ਦੇਖਿਆ ਹੋਣਾ, ਇੰਟਰਸਟ ਨਹੀਂ ਰੱਖਦੇ, ਕਈ ਉਹ ਕੁਛ ਨਾ ਕੁਛ ਤਾਂ ਪਾਣਾ ਸੁੱਟਣਾ ਹੁੰਦਾ ਨਾ, ਅਤੇ ਜੇ ਨਾ ਸੁੱਟੀਏ ਤਾਂ ਲੋਕ ਚੁੜਮੁੜ ਹੁੰਦੀ ਲੋਕਾਂ ਨੂੰ ਕਿ ਲਓ ਜੀ ਪਤਾ ਨਹੀਂ ਕੀ ਹੋਇਆ, ਚੰਗਾ ਹੋਇਆ ਇਹਨਾਂ ਦੇ ਵਲੋਗ ਨਹੀਂ ਆ ਰਹੇ, ਅਤੇ ਦੇਣਾ ਪੈਂਦਾ ਵਲੋਗ। ਅਤੇ ਮਾਲ ਮੱਤਾ ਬਾਅਦ ਚ ਪਵਾਵਾਂਗੇ, ਵੇਖਿਆ ਹੋਇਆ ਜਿਹਨਾਂ ਨੇ ਵੇਖਣਾ ਸੀ ਉਹ ਵੇਖ ਲਿਆ, ਉਹ ਵੱਖਰੀ ਗੱਲ ਨੇ। ਹੁਣ ਬਾਕੀ ਜਨਾਬ ਨਹੀਂ ਹੈ, ਮਾਲ ਪਤਾ ਨਹੀਂ ਹੁੰਦਾ ਰਿਜ਼ਕ ਸਾਡਾ, ਇਹਤਰਾਮ ਕਰੋ, ਇਹਤਰਾਮ ਕਰੋ, ਮਾਲ ਕਮਾਇਆ ਤੇ ਆਇਆ ਨਾ, ਮਾਲ ਕਮਾਇਆ ਤੇ ਆਇਆ। ਹਾਂਜੀ ਕੀ ਕਹਿਣਾ ਚਾਹ ਰਹੇ ਹੋ? ਮੈਂ ਕਹਿਣਾ ਚਾਹ ਸੀ ਤੂੰ ਅਸੀਂ ਤਾਂ ਲਈ ਕੇ ਨਾ ਅਸੀਂ ਤੇ ਤੁਸੀਂ ਜੋ ਅਸੀਂ ਸੋਚ ਲਾ, ਪਹਿਲੇ ਸੋਚ ਲਾ, ਮੈਂ ਉਹ ਸ਼ਰਟ ਲਾ ਲਾ, ਫਿਰ ਘਰ ਵਾਲਿਆਂ ਨੇ ਕਹਿਣਾ ਸਫਾਈ ਕਰਕੇ ਨੀ ਤੂੰ ਕਰਦਾ ਕੰਮ, ਤੇ ਮੈਨੂੰ ਜ਼ਰਾ ਅਲਮਾਰੀ 'ਚ ਸੁੱਟਦੇ ਹਾਂ ਜਨਾਬ, ਇੱਥੇ ਸੁੱਟਨੇ ਆ ਅੱਗੇ, ਉੱਧਰ ਬੈਗ ਪਿਆ ਹੋਇਆ। ਹਾਂਜੀ ਭਾਈ
ਮਾੜੀ ਮਾਏ ਭੈਣੇ ਬੱਚੇ ਫੁੱਪੜ ਖਾਲਾ ਤਾਈ ਤਾਇਆ ਚਾਚਾ ਮਾਮੇ ਐਕਸ ਗਰਲਫ੍ਰੈਂਡ ਹਾਂਜੀ ਸਾਰੇ ਲੋਕ ਫਿਰ ਸਾਡੀ ਵਜ੍ਹਾ ਨਾਲ ਗੁਨਾਹਗਾਰ ਨਾ ਹੋ ਕੋਈ ਨੀ ਮੈਂ ਕੋਈ ਕਸਰ ਨੀ ਛੱਡੀ ਨਾ ਸ਼ਰੀਕਾਂ ਨਾ ਆਪਣੇ ਨਜ਼ਰ ਮਹਾਰਾਜੋ ਨਾ ਉਹ ਜੋ ਰਿਐਕਸ਼ਨ ਹੈ ਉਹ ਤੂੰ ਛੱਡ ਅਸੀਂ 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 ਜਿਹੜਾ ਨਾ ਅਸੀਂ ਲੋਕਾਂ ਦੀ ਨਜ਼ਰ ਚ ਚੰਗਾ ਨੀ ਹੋਣਾ ਚਾਹੁੰਦੇ ਜੋ ਚੇਂਜ ਦਾ ਹੁੰਦਾ ਉਹ ਜਿਹਾ ਹੀ ਸਮਝਦਾ ਠੀਕ ਹੈ ਨਾ ਜੋ ਚੱਲ ਰਿਹਾ ਹੁੰਦਾ ਉਹਨਾਂ ਨਾਲ ਉਹੀ ਉਹ ਸਾਡੇ ਵੱਲ ਨੂੰ ਸਮਝਦੇ ਨੇ ਕਿ ਇਹ ਵੀ ਚੇਂਜਦੇ ਹੀ ਨੇ ਕਿਉਂਕਿ ਉਹਦਾ ਆਪਣਾ ਜ਼ੇਨ ਹੋ ਜਾਣਾ ਤੇ ਜੋ ਜਿਹੋ ਜਿਹਾ ਹੋਏਗਾ ਉਹ ਉਹੋ ਜਿਹਾ ਸਾਨੂੰ ਸਮਝੇਗਾ ਠੀਕ ਹੋ ਗਿਆ ਤੇ ਸਾਨੂੰ ਕੋਈ ਪਰਵਾਹ ਨੀ ਕਿ ਤੁਸੀਂ ਸਾਨੂੰ ਗੱਲਾਂ ਕਰੋ ਤੁਸੀਂ ਸਾਨੂੰ ਇਹ ਕਹੋ ਕਿ ਚੰਗੇ ਨਹੀਂ ਆ ਫਲਾਂ ਨਹੀਂ ਇਹ ਵੋ ਹੁਣ ਮੈਂ ਫਿਰ ਸੈਂਸਰ ਲਾਉਣਾ ਪੈਣਾ ਰਹਿਣ ਦਿਓ ਤੇ ਠੀਕ ਹੈ ਜੋ ਮਰਜ਼ੀ ਕਰੋ ਜੋ ਮਰਜ਼ੀ ਪਏ ਸੋਚੋ ਸਾਨੂੰ ਕੋਈ ਨੀ ਫਿਕਰ ਫਾਕਰ ਰੋਟੀ ਤੁਹਾਡੀ ਠੰਡੀ ਹੋ ਰਹੀ ਖਾਣੀ ਤੁਸੀਂ ਮੈਂ ਨੀ ਖਾਣੀ ਮੈਂ ਰਜਿਆ ਬਜਿਆ ਭਾਈ ਤੇ ਉਂਝ ਵੀ ਮੈਂ ਰਜਿਆ ਬਜਾ ਸ਼ੁਕਰ ਅਲਹਮਦੁਲਿਲਾ ਤੇ ਮੈਂ ਨੀ ਖਾ ਤੇ ਨਹੀਂ ਲਈ ਖਾਵਾਂਗੇ ਲੇਕਿਨ ਠਹਿਰ ਕੇ ਖਾਵਾਂਗੇ ਜਨਾਬ ਤੁਹਾਡੇ ਨਾਲ ਇੱਕ ਦੋਨ ਵਾਲੇ ਲਾ ਲਾਂਗੇ ਕੋਈ ਗੱਲ ਨਹੀਂ ਤੇ ਤੁਸੀਂ ਖਾਓ ਸ਼ੁਰੂ ਕਰੋ ਹਫ ਸਾਹਿਬ ਮੋਬਾਈਲ ਛੱਡ ਦਿਓ ਇਹ ਬੜੀ ਲੰਬੀ ਸ਼ਾਇ ਜੀ ਜਿਹੜੀ ਤੁਸੀਂ ਲੱਗੇ ਹੋ ਨਾ ਕਰਨ ਇਹ ਤੁਹਾਨੂੰ ਅੱਜ ਰਾਤ ਪੱਕੀ ਹੈ ਤੁਹਾਡੀ ਟੂੰ ਟੂੰ ਲਾ ਲਾ ਕੇ ਇਹ ਤੂੰ ਆਪ ਅੱਕ ਜਾਣਾ ਜਿੱਡੀ ਤੂੰ ਚਿੱਟੀ ਤੂੰ ਗੁਫਤਗੂ ਕਰ ਲਈ ਹੈ ਨਾ ਇਹ ਤੂੰ ਥੱਕ ਜਾਣਾ ਵੀ ਟੂੰ ਟੂੰ ਲਾ ਲਾ ਕੇ ਦੁਬਾਰਾ ਹਾਂ ਠੀਕ ਹੈ ਬਣਾਓ ਬਣਾਓ ਤੇ ਉਹ ਵੇਖੋ ਭਵਾਨ ਸਾਡੇ ਸ਼ੁਰੂ ਹੋ ਗਏ ਨੇ ਇੱਧਰ ਸ਼ੁਰੂ ਇਹਨੂੰ ਜਲਦੀ ਜਲਦੀ ਜਿਹੜਾ ਨਾ ਕਰ ਲੈ ਇਸ ਤੋਂ ਪਹਿਲੇ ਕਿ ਉਹ ਤੇਰਾ ਮਾਲ ਮਤਾ ਸਾਰਾ ਹੀ ਪਾ ਕੇ ਆਪਣੇ ਲੈ ਜਾਈਏ ਤੇ ਫਿਰ ਬਾਅਦ ਚ ਕਹਵੇ ਕਿ ਇਹ ਕੀ ਹੋਇਆ ਠੀਕ ਹੈ ਨਾ ਭੁੱਖ ਤੈਨੂੰ ਵੀ ਸਵੇਰ ਦੀ ਲੱਗੀ ਬਾਕੀ ਮੈਂ ਤੁਹਾਡੇ ਗਲਾਸ ਲੈ ਕੇ ਆਇਆ ਮੈਂ ਉਹ ਨੀ ਲੈ ਕੇ ਆਇਆ ਠੀਕ ਹੈ ਤੇ ਖਾਓ ਪੀਓ ਇੰਜੋਏ ਮਾਰੋ ਤੇ ਵਲੋਗ ਸਾਡੇ ਮਾਸ਼ਾਅੱਲਾ ਸਿਆਲਕੋਟ ਦੇ ਚੱਲ ਰਹੇ ਨੇ ਤੇ ਇਨਸ਼ਾਅੱਲਾ ਇੱਕ ਵਾਰੀ ਫਿਰ ਇਹਨਾਂ ਨੂੰ ਸਿਆਲਕੋਟ ਦੇ ਵਲੋਗ ਦਵਾਂਗੇ ਅੱਲਾ ਖੈਰ ਕਰੇ ਜੀ ਅੱਲਾ ਨੇ ਜ਼ਿੰਦਗੀ 'ਚ ਮੌਕਾ ਦਿੱਤਾ ਤੇ ਇਨਸ਼ਾਅੱਲਾ ਹੋਰ ਤੁਸੀਂ ਸੁਣਾਓ ਸਭ ਖੈਰ ਹੈ ਠੀਕ ਠਾਕ ਹੋ ਬਾਕੀ ਜਿਹੜਾ ਨਿਜ਼ਾਮ ਪਾਣੀ ਕਹਿ ਰਹੇ ਨਾ ਨਿਜ਼ਾਮ ਨੀਚੇ ਵਾਲਾ ਉਹ ਨਿਜ਼ਾਮ ਇਹ ਕਹਿ ਰਹੇ ਨੇ ਹੈਲੋ ਤੁਸੀਂ ਵੇਖ ਲਓ ਠੀਕ ਹੈ ਤੇ ਅਸੀਂ ਭੈਣ ਹੁਣ ਪਾਇਆ ਹੋਇਆ ਕਿ ਹੁਣ ਕਹੀਏ ਮੈਂ ਲੌਂਗ ਨਹੀਂ ਕਰ ਲੌਂਗ ਨਹੀਂ ਕਰ ਯੈਸ ਉਹ ਜਾਂ ਸ਼ੋਰਟ ਉਸਕੋ ਜੋ ਵੀ ਆਪ ਕਹਿ ਲੇ ਆਪਣੀ ਜ਼ਬਾਨ ਮੇਂ ਜਾਂ ਜੋ ਆਪ ਸਮਝਤੇ ਹੈ ਵੋ ਮੈਨੇ ਪਹਿਨਾ ਹੋਇਆ ਤੇ ਜਨਾਬ ਉਹ ਗਰਮੀ ਭੈਣ ਉਹ ਹੁਣ ਅਸੀਂ ਉਹ ਟਿਕਟੋਕ ਨਹੀਂ ਚੱਲਦਾ ਪਿਆ ਕਿ ਉਹ ਜਿਵੇਂ ਬੁੱਢੀਆਂ ਨਹੀਂ ਖਲੋ ਜਾਂਦੀਆਂ ਘਰ ਪੂਰੀ ਅੱਧਾ ਘੰਟਾ ਘੰਟਾ ਦੋ ਘੰਟੇ ਗੱਲਾਂ ਕਰ ਕਰਾ ਕੇ ਫਿਰ ਬੂਹੇ 'ਤੇ ਖਲੋ ਜਾਂਦੀਆਂ ਐਂਡ 'ਤੇ ਆ ਕੇ ਅਤੇ ਫਿਰ ਉੱਥੇ ਗੱਲਾਂ ਸ਼ੁਰੂ ਹੋ ਜਾਂਦੀਆਂ ਘੰਟਾ ਉੱਥੇ ਵੀ ਬੰਨੇ ਉਹ ਗਰਮੀਆਂ ਦਾ ਉਹ ਹਿਸਾਬ ਹੈ ਐਂਡ 'ਤੇ ਆ ਕੇ ਨਾ ਬੂਹੇ 'ਚ ਖਲੋ ਗਈਆਂ ਅਤੇ ਜਾਂਦੀਆਂ ਨਹੀਂ ਪਈਆਂ ਅਤੇ ਸਰਦੀਆਂ ਨੂੰ ਆਉਣ ਨਹੀਂ ਦੇ ਰਹੀਆਂ ਅਤੇ ਜਨਾਬ ਹੁਣ ਮਾਮਲਾ ਐਂ ਜੀ ਹੈ ਭਾਈ ਅਤੇ ਮਾਸ਼ਾਅੱਲਾ ਖਾਣਾ ਪੀਣਾ ਖਾ ਲੈਣ ਹੁਣ ਖਾਣਾ ਪੀਣਾ ਜਿਹੜਾ ਨਾ ਉਹ ਖਾਂਦਿਆਂ ਦੀ ਨਹੀਂ ਬਣਾਉਣੀ ਕਿਉਂਕਿ ਉਹ ਤਰ੍ਹਾਂ ਹੋਰ ਹਿਸਾਬ ਨਾਲ ਖਾਂਦੇ ਨੇ ਅਤੇ ਉਹ ਅਸੀਂ ਖਾਣਾ ਨਹੀਂ ਹੈ ਠੀਕ ਹੈ ਅਤੇ ਖਾਣਾ ਖਾ ਕੇ ਇਨਸ਼ਾਅੱਲਾ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਹੈ ਉਨੀ ਦੇਰ ਤੁਸੀਂ ਜਿਹੜੇ ਸੜਨ ਵਾਲੇ ਨੇ ਉਹ ਸੜੋ ਅਤੇ ਜਿਹੜੇ ਇੰਜੋਏ ਕਰਨ ਵਾਲੇ ਨੇ ਉਹ ਇੰਜੋਏ ਕਰੋ ਸਹੀ ਹੈ ਤਾਂ ਜੀ ਗਾਇਜ ਇਹਨਾਂ ਨੇ ਰੋਟੀ ਪਾਣੀ ਖਾ ਲਿਆ ਵਾ ਹਾਫਿਜ਼ ਸਾਹਿਬ ਜੀ ਖਾ ਲਈ ਔਰ ਕੀ ਕਹਿੰਦੇ ਆ ਆਪਣਾ ਭਵਾਨ ਫਾਰਸ ਉਹਨੇ ਵੀ ਰੋਟੀ ਖਾ ਲਈ ਹੈ ਅਤੇ ਜਨਾਬ ਇਹ ਕੁਛ ਕਹਿਣਾ ਚਾਹ ਰਹੇ ਨੇ ਉਸ ਤੋਂ ਪਹਿਲੇ ਮੈਂ ਵੀ ਕੁਛ ਕਹਿਣਾ ਚਾਹਵਾਂਗਾ ਉਹ ਕਹਿਣਾ ਚਾਹ ਰਹੇ ਹਾਂ ਜੀ ਉਹ ਮਾਸ਼ਾਅੱਲਾ ਸਿਆਲਕੋਟ ਦਾ ਚੱਕਰ ਲਗਾਇਆ ਇਹਨਾਂ ਨੇ ਅਤੇ ਬਾਈ ਅਲੀ ਹਸਨ ਬਾਈ ਹਸਨ ਔਰ ਤੀਸਰੇ ਮਾਸ਼ਾਅੱਲਾ ਸਾਡੇ ਅਲੀਸ਼ਾਨ ਬਾਈ ਅਤੇ ਤਿੰਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹ ਰਹੇ ਸੀ ਅਤੇ ਮੈਂ ਵੀ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹ ਰਿਹਾ ਜੀ ਅਤੇ ਮਾਸ਼ਾਅੱਲਾ ਅੱਛੇ ਤਰੀਕੇ ਨਾਲ ਗੱਲਬਾਤ ਕੇ
ਯਾਰ ਕਰ ਲੈਣ ਦੋ ਗੱਲਬਾਤ, ਤੁਸੀਂ ਬਾਅਦ ਚ ਮੇਰੀ ਕਰ ਲੈਣਾ ਜੋ ਕਰਨਾ। ਤੇ ਭਾਈ ਭਾਈ ਹਸਨ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਉਹਨਾਂ ਦੀ ਕਿ ਯਾਰ ਅਸੀਂ ਮਤਲਬ ਸਿਆਲਕੋਟ ਆਏ ਔਰ ਉਹਨਾਂ ਨੇ ਆਪਣੇ ਮਤਲਬ ਗਾਉਂ ਦੇ ਕਰੀਬ ਜਿਹੜਾ ਹੈ ਸੀ ਉਹ ਚਸਕਾ ਪੁਆਇੰਟ ਬਿਹਤਰੀਨ ਮਾਸ਼ਾਲਾ, ਅਤੇ ਉੱਧਰ ਅਸੀਂ ਮਾਸ਼ਾਲਾ ਖਾਣਾ ਖਾਇਆ ਤਾ ਪੰਜਾਬੀ 'ਚ ਹੀ ਕਰਨੇ ਗੱਲ, ਅਤੇ ਦੇਸੀ ਕੜਾਹੀ ਸੀ ਮਾਸ਼ਾਲਾ ਜੀ ਚਿਕਨ ਦੀ, ਔਰ ਮਟਨ ਵੀ ਉਹਨਾਂ ਨੇ ਸਾਨੂੰ ਕਿਹਾ ਸੀ, ਬਲਕਿ ਸਾਡੇ ਕਿ ਉਹਨਾਂ ਨੇ ਮੈਨਿਊ ਕਰ ਦਿੱਤਾ ਸੀ ਯਾਰ ਜੋ ਤੁਹਾਡਾ ਦਿਲ ਕਰਦਾ ਤੁਸੀਂ ਮੰਗਵਾਓ ਖਾਓ, ਔਰ ਮਾਸ਼ਾਲਾ ਉਹਨਾਂ ਨੇ ਜਦੋਂ ਆਪਣੇ ਮੁਤਾਬਕ ਆਰਡਰ ਦਿੱਤਾ ਤਾਂ ਮਾਸ਼ਾਲਾ ਖੁੱਲ੍ਹੀਆਂ ਹੀ ਚੀਜ਼ਾਂ ਉਹਨਾਂ ਨੇ ਰੱਖ ਦਿੱਤੀਆਂ ਸੀ, ਉਹ ਤੁਹਾਨੂੰ ਮੈਂ ਮਤਲਬ ਦਿਖਾਇਆ ਵੀ ਸੀ, ਤੁਸੀਂ ਸਾਡੇ ਪਿਛਲੇ ਵਲੋਗ 'ਚ ਦੇਖਿਆ ਵੀ ਸੀ, ਅਤੇ ਉਹ ਤੂੰ ਦੱਸੀ ਜਦੋਂ ਤੇਰੇ ਵੱਲ ਕੈਮਰਾ ਆਏਗਾ ਉਦੋਂ ਦੱਸੀ। ਅਤੇ ਭਾਈ ਅਲੀ ਹਸਨ ਦਾ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ, ਬਹੁਤ ਮਿਹਰਬਾਨੀ ਉਹਨਾਂ ਦੀ, ਮਤਲਬ ਜਿਸ ਤਰ੍ਹਾਂ ਹੀ ਮੈਂ ਮਤਲਬ ਚੜਿਆ ਸੀ ਇੱਧਰ ਮੋਟਰਵੇ 'ਤੇ ਅਤੇ ਮੈਂ ਉਹਨਾਂ ਨੂੰ ਕਾਲ ਕਰਤੀ ਸੀ ਕਿ ਯਾਰ ਮੈਂ ਇਸ ਤਰ੍ਹਾਂ ਨਾਲ ਆਉਣਾ ਅਤੇ ਮੈਨੂੰ ਐਮ ਟੈਗ ਦੇ ਹਵਾਲੇ ਨਾਲ ਦੱਸ ਕਿ ਕੀ ਹਿਸਾਬ ਕਿਤਾਬ ਹੈ, ਮੈਂ ਵੈਸੇ ਹੀ ਉਹਨਾਂ ਨੂੰ ਕਾਲ ਕੀਤੀ ਸੀ ਅਤੇ ਉਹਨਾਂ ਦੇ ਵੀ ਕਾਲ ਆ ਰਹੇ ਸੀ, ਔਰ ਤੈਨੂੰ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਵਲੋਗ ਅਸੀਂ ਜਿਹੜਾ ਪਿਛਲਾ ਚੜਾਇਆ ਅਲੀ ਹਸਨ ਭਾਈ ਦੀ ਕਾਲ ਵੀ ਆ ਰਹੀ ਸੀ, ਅਤੇ ਮਾਸ਼ਾਲਾ ਸਾਨੂੰ ਅੱਗੇ ਮਿਲੇ ਸਾਰਾ, ਉਹਨਾਂ ਨੇ ਅੱਛੇ ਤਰੀਕੇ ਨਾਲ ਸਾਡੇ ਨਾਲ ਬਿਹੇਵ ਕੀਤਾ, ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਅਕੋਮੋਡੇਟ ਕੀਤਾ, ਮਾਹੌਲ ਦਿੱਤਾ, ਔਰ ਭਾਈ ਹਸਨ ਦੇ ਘਰ ਵੀ ਅਸੀਂ ਬੈਠੇ, ਫਿਰ ਉਸ ਤੋਂ ਬਾਅਦ ਹੋਟਲ 'ਚ ਅਸੀਂ ਚਲੇ ਗਏ, ਯਾਨੀ ਅਸੀਂ ਫਿਰ ਤਰ੍ਹਾਂ ਆ ਕੇ ਮਾਸ਼ਾਲਾ ਫਿਰ ਆਪਣੇ ਵੱਡੇ ਡੇਰੇ ਗਏ ਸੀ, ਅਤੇ ਬਹੁਤ ਮਜ਼ਾ ਆਇਆ ਸਾਨੂੰ। ਫਿਰ ਉਸ ਤੋਂ ਬਾਅਦ ਉਸੇ ਦਿਨ ਗਏ ਸੀ ਆਪਾਂ ਪੀਜ਼ਾ ਖਾਣ ਵੀ, ਉਸੇ ਦਿਨ ਹੀ ਅਸੀਂ ਭਾਈ ਅਲੀ ਸ਼ਾਨ ਦੇ ਨਾਲ ਰਾਤ ਨੂੰ ਜਿਹੜਾ ਸਾਡਾ ਰਾਊਂਡ ਅਪ ਹੁੰਦਾ ਕੈਂਟ ਦੇ ਵਿੱਚ, ਮਾਸ਼ਾਲਾ ਸਿਆਲਕੋਟ ਕੈਂਟ ਕੰਟੋਨਮੈਂਟ ਦੇ ਵਿੱਚ, ਔਰ ਅਸੀਂ ਉਹ ਕ੍ਰਾਸ ਕਰਕੇ ਉਹ ਕੰਟੋਨਮੈਂਟ 'ਤੇ ਬੰਦ ਹੋ ਗਿਆ ਸੀ, ਰਾਤ ਦੇ 1-2 ਵੱਜ ਰਹੇ ਸੀ, ਅਤੇ ਉਹਨਾਂ ਨੇ ਇੱਕ ਸਪੈਸੀਫਿਕ ਟਾਈਮ ਦਿੱਤਾ ਹੁੰਦਾ ਕੰਟੋਨਮੈਂਟ ਵਾਲਿਆਂ ਨੇ ਕਿ ਤੁਸੀਂ ਇੰਨੀ ਦੇਰ ਬੈਠ ਕੇ ਇੰਜੋਏ ਕਰ ਸਕਦੇ ਹੋ ਸਾਡੇ ਕੋਲ, ਉਸ ਤੋਂ ਬਾਅਦ ਨਹੀਂ। ਅਤੇ ਸਾਰੀ ਗੱਲ ਜੀ ਰੂਲਸ ਐਂਡ ਕੰਡੀਸ਼ਨਸ ਜਿਹੜੀਆਂ ਨੇ ਉਹ ਮੰਨੀਆਂ ਪੈਂਦੀਆਂ ਨੇ, ਠੀਕ ਹੈ, ਅਤੇ ਉਹਨਾਂ ਨੂੰ ਕਬੂਲ ਕਰਨਾ ਪੈਂਦਾ ਅਤੇ ਉਹ ਮੰਨੀ ਪੈਂਦੀ ਸਾਨੂੰ। ਅਤੇ ਫਿਰ ਅਸੀਂ ਰੈਟਰੋ ਗਏ, ਰੈਟਰੋ ਸਿਆਲਕੋਟ, ਮਾਸ਼ਾਲਾ ਪੀਜ਼ਾ ਸਭ ਤੋਂ ਹੈਵੀ ਆ ਉਹਨਾਂ ਦਾ, ਅੱਛੀ ਮਤਲਬ ਪਲੇਸ ਹੈ ਉਹਨਾਂ ਦੇ ਸਿਆਲਕੋਟ ਦੇ ਬਕੋਲ, ਅਤੇ ਮਾਸ਼ਾਲਾ ਸਾਨੂੰ ਵੀ ਬਹੁਤ ਮਜ਼ਾ ਆਇਆ ਪੀਜ਼ਾ ਖਾ ਕੇ, ਫੈਮਿਲੀ ਪੀਜ਼ਾ ਸੀ ਔਰ ਜਿਸ ਤਰ੍ਹਾਂ ਸਾਰਾ ਕੁਛ, ਮਾਸ਼ਾਲਾ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਭਾਈ ਰਿਸ਼ਾ ਦਾ, ਬਾਕੀ ਆ ਜਿਹੜੇ ਸਾਡੇ ਬਛਿੰਦੇ ਨੇ ਉਹ ਆਪਣੀ ਜ਼ਬਾਨ 'ਚ ਤੁਹਾਨੂੰ ਜੋ ਕਹਿਣਾ ਚਾਹੁੰਦੇ ਨੇ ਉਹ ਉਹਨਾਂ ਦਾ ਸੁਣੋ, ਅਤੇ ਕੈਮਰਾ ਘੁਮਾਉਂਦੇ ਹਾਂ ਹਰ ਸਾਹਿਬ ਵੱਲ। ਅਤੇ ਜੀ ਹਰ ਸਾਹਿਬ ਤੁਸੀਂ ਕੁਛ ਕਹਿਣਾ ਚਾਹ ਰਹੇ ਹੋ? ਜੀ ਭਾਈ ਸੈਯਦ ਅਲੀ ਹਸਨ ਸਾਹਿਬ ਕਾ ਬਹੁਤ ਬਹੁਤ ਸ਼ੁਕਰੀਆ, ਉਹਨੇ ਮੈਂ ਬਹੁਤ ਇੰਜੋਏ ਕਰਵਾਇਆ, ਪਾਰਕ ਵਗੈਰਾ ਉਹਨਾਂ ਨੂੰ ਦਿਖਾਇਆ, ਹਮ ਜਬ ਗਏ ਹਾਂ ਬੋਟਿੰਗ ਸ਼ੋਟਿੰਗ ਕਰਾਈ ਉਹ ਸਾਰਾ ਮਾਮਲਾ, ਹਾਂ ਕਿ ਜੀ ਹਮ ਇਧਰ ਪਹੁੰਚ ਗਏ ਹਾਂ ਪੁਆਇੰਟ ਪੇ ਪਾਪਾ ਜੀ, ਤੋ ਫਿਰ ਹਮ ਉਦੋਂ ਸੈਮ ਬੋਟਿੰਗ ਕਰਕੇ ਫਿਰ ਹਮ ਘਰ ਗਏ, ਫਿਰ ਬਾਅਦ ਭੇਜ ਹੋ ਗਿਆ ਘਰ ਨੂੰ ਸਾਰਾ ਮਿਲ ਮਿਲਾ ਕੇ, ਫਿਰ ਹਮ ਗਏ ਭਾਈ ਅਲੀ ਹਸਨ ਦੀ ਤਰਫ, ਹਸਨ ਭਾਈ ਕੇ ਘਰ ਗਏ ਥੇ, ਹਸਨ ਭਾਈ ਕੇ ਘਰ ਗਏ, ਫਿਰ ਉਧਰ ਮਾਰੇ ਦੋ ਦਿਨ ਸ਼ੋਕ ਥੇ, ਉਹਨਾਂ ਨੇ ਉਹ ਮਾਰੇ ਸ਼ੋਕ ਪੂਰੇ ਕਰਵਾਏ, ਤੋ ਫਿਰ ਕਾਫੀ ਇੰਜੋਏ ਕੀਆ, ਬਹੁਤ ਮਜ਼ਾ ਆਇਆ, ਦੋਨੋਂ ਭਾਈਓ ਕਾ ਬਹੁਤ ਬਹੁਤ ਥੈਂਕ ਯੂ, ਔਰ ਭਾਈ ਅਲੀ ਸ਼ਾਨ ਜੋ ਲੈ ਗਏ ਰਾਤ ਨੂੰ, ਥੈਂਕ ਯੂ, ਰਾਤ ਨੂੰ ਗਏ ਉਹਨਾਂ ਨੇ ਵੀ ਬਹੁਤ ਇੰਜੋਏ ਕਰਵਾਇਆ, ਬਹੁਤ ਮਜ਼ਾ ਆਇਆ, ਦੋ ਦਿਨ ਉਹਨੇ ਸਟੇ ਕੀਆ ਸਿਆਲਕੋਟ, ਬਹੁਤ ਜ਼ਿਆਦਾ ਮਜ਼ਾ ਆਇਆ, ਬਹੁਤ ਮਜ਼ਾ ਆਇਆ। ਹਾਫਾ ਸਾਹਿਬ ਤੁਹਾਡੇ ਕੋਲ ਕਮੈਂਟਸ ਆ ਜਾਓ, ਇੱਧਰ ਨੂੰ ਬਾਅਦ 'ਚ ਇਹਨਾਂ ਨੂੰ ਠੱਪ ਲੈਣਾ ਜਿਹੜੀਆਂ ਚੀਜ਼ਾਂ ਲੱਗੇ ਉਹ ਕਰਨ, ਇੱਧਰ ਸਭ ਤੋਂ ਪਹਿਲਾਂ ਤੋਂ ਮੇਰਾ ਦਿਲ ਕਾ ਸ਼ਹਿਜ਼ਾਦਾ ਸੈਯਦ ਅਲੀ ਹਸਨ, ਹਾਏ ਹਾਏ ਸ਼ਹਿਜ਼ਾਦਾ ਭਾਈ ਬੰਦਾ, ਇਹ ਤੂੰ ਤੇ ਉਹਦਾ ਮਰੀਦ ਹੋ ਗਿਆ, ਹਾਂ ਵੀ ਮੈਂ ਫੈਨ ਹੋ ਗਿਆ ਭਾਈ ਉਹਨਕੇ, ਜੋ ਕੁਛ ਬਾਤਾਂ ਆ ਉਹਨਾਂ ਯਾਰ ਜੋ ਬੜੀ ਪਿਆਰੀ ਲੱਗੀਆਂ, ਉਹਨਾਂ ਕਹਿ ਲੈ ਜਾਂ ਉਹਨਾਂ ਅੰਦਾਜ਼ੇ ਬਾਤ ਕਰਨੇ ਕਾ ਸਟਾਈਲ, ਗੁਫ਼ਤਗੂ ਅੰਦਾਜ਼ੇ ਗੁਫ਼ਤਗੂ, ਹਾਂ ਗੁਫ਼ਤਗੂ, ਜਦ ਉਹ ਮਾਰੇ ਪਾਸ ਬੈਠੇ ਥੇ ਅਸੀਂ ਉਹਨਾਂ ਗੱਲਾਂ ਪਤਾ ਕਰਦੇ ਰਹੇ ਹਾਂ, ਫਿਰ ਤੁਸੀਂ ਮੈਨੂੰ ਫਿਰ ਉਹ ਭਾਈ ਕਾ ਸ਼ੁਕਰੀਆ ਯਾਰ ਜਿੱਧਰ ਹਮ ਗਏ ਥੇ, ਹਸਨ ਭਾਈ ਨਾਮ ਹੁੰਦਾ, ਹਾਂ ਭਾਈ ਹਸਨ ਜਿਹੜਾ, ਹਸਨ ਭਾਈ ਜਿਹੜਾ ਚਸਕਾ ਪੁਆਇੰਟ ਵਿੱਚ ਜਿਹਨਾਂ ਨੇ ਮੈਂ ਖਾਣਾ ਪੀਣਾ ਲਾਇਆ, ਭਾਈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਮੇਰਾ ਪ੍ਰੋਪਰ ਸੈਪਰੇਟ ਰੂਮ ਦਿਆ ਭਾਈ ਸੋਨੇ ਕੇ ਲਈ, ਲੇਕਿਨ ਹਮ ਉਧਰ ਮਾਜ਼ਰਤ ਹਮ ਨਹੀਂ ਸੋ ਸਕੇ ਵਹਾਂ ਪਰ, ਹਾਂ
वो कहते डेरे भी जाना, उस तरफ हम फिर उधर चले गए। बहुत बहुत शुक्रिया आप सबका, आप सबने हमें प्रोटोकॉल दिया इतना ज्यादा, और स्पेशली थैंक यू उनका एक अलीशान भैया नाम पर जो वहाँ पर मैट बनाना पे जी 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 वो सरप्राइज हमें मिल गए थे वहाँ पर। तो सबसे ज्यादा उनका शुक्रिया, वो मेरे रात को 2:30 बजे टिकटॉक में भी शॉर्ट सारे मेरे गए हुए, रात को 2:30 बजे भी आई फिर भी बहुत शुक्रिया आप सबका, आप सब ने इतना प्रोटोकॉल दिया। तो वो कहां को उन्होंने खाया ना, इन्होंने खाया ना फाद भी ने खाया। तो अब वो मैं स्टार्टिंग में मैंने खाने लगा हूँ मैं, तो इनके बकवास वो जिशान भाई आ गए, वो यार काला भी नाल खाई था। अच्छा एक मुझे जैसे वो काला भी नाल खाई था, वो काला भी साथ खाई थे, कोड़ा होता था वो काला भी साथ खाई थे। उसके बाद वो जो अली हसन भाई बैठे मेरे साथ, तो वो कहने नहीं ये चिट्टा खाई था, उनमें दो बजे फंसे मैं केड़ा खावा, शुगर ला रहे ना भाई जिशान, शुगर ला दे, समझना आई उनकी बात की। लेकिन मैं फिर भी ना आह भर के ना अली हसन भाई की बात सुन के ना मैं चिट्टा खा रहा, मैं क्या अच्छा मैं वो खा के फैन हो गया, मैं क्या अच्छा यह की है? अच्छा उसका टेस्ट कैसा बना मजे का, उसका टेस्ट है खुबानी है, उसका जो बादाम होता है ना, अच्छा वो टेस्ट है सेम उसका। मैं समझ गया खुबानी के अंदर जो बादाम होता है ना, वो तो मैं खाते हैं बड़े वो टेस्ट है सारा उसका। अच्छा भाई अब आप सोने का टाइम आ गया, उसी गंद पाया सी बैठते पूरा गंदी गंद। अच्छा फिर वो बड़ी मजेदार, अच्छा अभी मैंने दो खाए, मैंने एक खाया ऐसे घोल के, साहब ने जी पूरा काम इतना भरा होता है वो खा गया, प्रैक्टिस है ना उठों दे रहना है, मुझे एक भी घोल लिया तू उधर से वो पूरा खा गया ले गया से किलो भाई। हाँ। उसके बाद ना मैं कहया खम मुक गए पता ही नहीं चला, फिर मैं कहया लिसन भाई दोबारा ले आओ यार, वो दोबारा बेचारा पता नहीं कहां से गया लेकर आया चुन के, ते आंदे ना एज लेके ऑफिस बैग खोल बैग बैग में भी मैं 6-7 बैग में ले गए हैं, मुझे पता है मैं इधर भी आके मैं खाता रहा हूं। तो भाई बहुत मजा आया, लव यू ऑल सारे, अलीशान भाई, निशान भाई, हमारे पीर साहब, ते मेरे मुर्शिद अली हसन भाई, ते हमारे हसन भाई, सबका बहुत बहुत शुक्रिया, बहुत शुक्रिया जी, मेहरबानी। निशान भाई भी ना बड़े मजाकिया से बंदे हैं, फाद भी को बड़ी अच्छा बात है, नहीं शुगल मेला लाने वाला बंदा है भाई, बात है वहां कहते हैं गाड़ी में कह रहे थे मैं तुम मरीजा तो कोई छोड़ देना, वही बात हुई जिन्हें मैंने ਤੇ ਲੋ ਜੀ ਗਾਇਸ ਤੁਸੀਂ ਵੀ ਗੱਲਾਂ ਬਾਤਾਂ ਸੁਣ ਲਈਆਂ, ਦੇਖਣ ਵਾਲੇ ਜਿਹੜੇ ਮੇਰੇ ਕਜ਼ਨ ਨੇ ਉਹਨਾਂ ਨੂੰ ਸ਼੍ਰੀ ਕੋ ਮਾਫ ਕਰ ਦਿਆ ਤੁਹਾਨੂੰ, ਅੱਜ ਵੀ ਰੋਕ ਕਿਉਂ ਕਿ ਅੱਜ ਤੁਹਾਨੂੰ ਸ਼ਹਜ਼ਾਦੇ ਬੰਦੋ ਦਾ ਨਾਮ ਲਿਆ ਤੇ ਸ਼੍ਰੀ ਕੋ ਮਾਫ ਕਰ ਦਿਆ, ਜੀ ਸ਼ਹਜ਼ਾਦੇ ਬੰਦੇ ਨੇ ਠੀਕ ਹੈ। ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਜੋ ਵੀ ਮਾਸ਼ਾਅੱਲਾ, ਉਹਨਾਂ ਨੇ ਵੀ ਤੁਹਾਡਾ ਸ਼ੁਕਰੀਆ ਅਦਾ ਕੀਤਾ, ਮੈਂ ਵੀ ਕਰ ਲਿਆ, ਤੇ ਬਾਕੀ ਦੇਖਣ ਵਾਲੇ ਤੇ ਬਾਕੀ ਹੋਰ ਜੋ ਕੁਛ ਵੀ ਸਮਝ ਗਏ ਹੋਣਾ, ਤੇ ਬਾਕੀ ਇਨਸ਼ਾਅੱਲਾ ਤੁਹਾਨੂੰ ਤੇ ਉਹ ਇਜਾਜ਼ਤ, ਤੇ ਅੱਲਾ ਹਾਫਿਜ਼, ਮਿਲਾਂਗੇ ਆਪਾਂ ਇਨਸ਼ਾਅੱਲਾ ਨੈਕਸਟ ਵਲੋਗ, ਔਰ ਇਨਸ਼ਾਅੱਲਾ ਵਲੋਗ ਆਉਂਦੇ ਰਹਿਣਗੇ, ਬਸ ਉਹ ਹਫ਼ਤਾ ਪੂਰਾ ਲੰਘ ਗਿਆ, 4-5 ਦਿਨ ਵਲੋਗ ਨਹੀਂ ਆਏ ਯਾਰ, ਰੈਸਟ 'ਤੇ ਹੈਗੇ ਸਰ, ਨਹੀਂ ਦਿਲ ਕੀਤਾ ਬਣਾਉਣ ਨੂੰ, ਅਤੇ ਇਨਸ਼ਾਅੱਲਾ ਹੁਣ ਵਲੋਗ ਆਉਂਦੇ ਰਹਿਣਗੇ, ਟੈਨਸ਼ਨ ਨਾ ਲਓ, ਥੋੜ੍ਹਾ ਜਿਹਾ ਸਟੇ ਆ ਹੀ ਜਾਂਦਾ ਯਾਰ, ਜ਼ਿੰਦਗੀ ਕੀ ਕਰੀਏ ਹੁਣ, ਆ ਜਾਂਦਾ ਸਟੇ, ਕੋਈ ਗੱਲ ਨਹੀਂ, ਇੰਜੋਏ ਕਰੋ, ਅਤੇ ਅੱਲਾ ਹਾਫਿਜ਼ ਬਰੋਲਾ ਜੀ ਜਿੰਦਾਬਾਦ।